ਪੰਜਾਬ ਵਿੱਚ ਇੱਕ ਬਹੁਤ ਮਸ਼ਹੂਰ ਕਹਾਵਤ ਹੈ ਕਿ ਏਜੰਟ ਤੇ ਕਰੰਟ ਤੋਂ ਬਚ ਕੇ ਰਹਿਣਾ ਚਾਹੀਦਾ। ਇਹ ਕਹਾਵਤ ਇੱਕ ਵਾਰ ਫਿਰ ਸੱਚ ਸਾਬਿਤ ਹੋਈ ਹੈ। ਮਾਮਲਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦਾ ਹੈ, ਜਿੱਥੋਂ ਦੇ 5 ਨੌਜਵਾਨ ਆਪਣੇ ਸੁਨਹਿਰੀ ਭਵਿੱਖ ਨੂੰ ਤਰਾਸ਼ਣ ਲਈ ਇੱਕ ਏਜੰਟ ਦੇ ਝਾਂਸੇ ਵਿੱਚ ਆ ਕੇ ਦੁਬਈ ਹੁੰਦੇ ਹੋਏ ਲਿਬੀਆ ਪਹੁੰਚ ਗਏ ਅਤੇ ਉੱਥੇ ਉਹਨਾਂ ਨਾਲ ਗੈਰ ਮਨੁੱਖੀ ਵਰਤਾਰਾ ਕੀਤਾ ਜਾ ਰਿਹਾ। ਇਸ ਮਾੜੇ ਅਤੇ ਗੈਰ ਮਾਨਵੀ ਵਿਵਹਾਰ ਦੇ ਚੱਲਦੇ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋ ਚੁੱਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ ਗਿਆ। ਕੀ ਨਾਮ ਭਾਜੀ ਤੁਹਾਡਾ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਜਿਹੜਾ ਇਹ ਬਹੁਤ ਮਦਭਾਗੀ ਘਟਨਾ ਘਟੀ ਹੈ, ਆਪਣੇ ਮੁੰਡੇ ਜਿਹੜੇ ਵਿਚਾਰੇ ਫਸੇ ਪਏ ਆ, ਅਤੇ ਕਿਰਪਾ ਕਰਕੇ ਅਸੀਂ ਤਾਂ ਇਹਨਾਂ ਨੂੰ ਬੈਂਸ ਸਾਹਿਬ ਨੂੰ ਵੀ ਸਾਰੇ ਕਿਤੇ ਕੰਪਲੇਂਟ ਕੀਤੀ, ਥਾਣੇ ਵੀ ਗਏ ਸੀ, ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਸਹੀ ਸਲਾਮਤ ਘਰ ਪਜਾਇਆ ਜਾਵੇ ਕਿਸੇ ਤਰੀਕੇ ਨਾਲ। ਹੱਥ ਜੋੜ ਕੇ ਬੇਨਤੀ ਹੈ ਸਰਕਾਰ ਅੱਗੇ ਹੈ ਜੀ। ਹੋਰ ਬਾਕੀ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਏਜੰਟਾਂ ਵਿਰੁੱਧ ਕੋਈ ਵਧੀਆ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ। ਅਤੇ ਪਰਿਵਾਰ ਦੀ ਹਾਲਤ ਬਹੁਤ ਗੰਭੀਰ ਹੈ, ਸਾਰੇ ਸਮਾਜ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਏਜੰਟ ਨੇ ਧੋਖਾ ਵੀ ਕੀਤਾ ਹੈ ਜੀ, ਅਤੇ ਦੱਸਿਆ ਕੁਛ ਹੈ ਅਤੇ ਕੀਤਾ ਕੁਛ ਹੈ। ਬਾਕੀ ਅਸੀਂ ਵੀ ਬਾਹਰ ਜਾਂਦੇ ਹਾਂ, ਸਾਡੇ ਨਾਲ ਕਦੇ ਇੱਦਾਂ ਦੇ ਚਲੋ ਘਟਨਾ ਨਹੀਂ ਵਾਪਰੀ। ਅਤੇ ਸਾਡੇ ਨਾਲ ਵੀ ਵੈਸੇ ਪਹਿਲਾਂ ਇੱਕ ਵਾਰ ਹੋਇਆ ਸੀ, ਪਰ ਸਾਡਾ ਠੀਕ ਠਾਕ, ਸਾਨੂੰ ਏਜੰਟ ਨੇ ਕਾਫ਼ੀ ਸਾਥ ਦਿੱਤਾ ਅਤੇ ਅਸੀਂ ਵਾਪਸ ਆ ਗਏ ਸੀ ਇੱਕ ਕੁਵੈਤ ਤੋਂ। ਹਾਲਾਤ ਸਰ ਜੀ ਉਹਨੀ ਮਾੜੇ ਹੀ ਦੱਸਿਆ, ਅਸੀਂ ਵੀਡੀਓ ਵੀ ਦੇਖੀ ਹੈ ਅੱਜ ਉਹਨਾਂ ਨੂੰ, ਮਤਲਬ ਫੈਸਿਲਿਟੀ ਤਾਂ ਕੋਈ ਹੈ ਨਹੀਂ ਹੈ ਬਿਲਕੁਲ ਵੀ, ਅਤੇ ਖਾਣੇ ਵੱਲੋਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੈ। ਅੱਜ ਵੀ ਤੁਸੀਂ ਵੀਡੀਓ ਦੇਖੀ ਸਾਰਿਆਂ ਨੇ, ਔਨਲਾਈਨ ਵੀਡੀਓ ਚੱਲ ਰਹੀ ਹੈ, ਅਤੇ ਉਹਨਾਂ ਨਾਲ ਮਤਲਬ ਤਸ਼ੱਦਦ ਕੀਤਾ ਜਾ ਰਿਹਾ ਕਾਫ਼ੀ, ਅਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ। ਸੋ ਸਹੀ ਹੋਵੇ, ਜੋ ਵੀ ਹੋਵੇ, ਸਹੀ ਸਲਾਮਤ ਘਰ ਆ ਜਾਵੇ, ਇਹੀ ਸਾਡੀ ਪ੍ਰਾਰਥਨਾ ਹੈ। ਇਸ ਮੌਕੇ ਜਦੋਂ ਸਾਡੀ ਟੀਮ ਨੇ ਵਟਸਐਪ ਰਾਹੀਂ ਇਹਨਾਂ ਨੌਜਵਾਨਾਂ ਨਾਲ ਸੰਪਰਕ ਸਾਧਿਆ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਨੇ ਅਤੇ ਕੁਝ ਵੀ ਖਾਣ ਪੀਣ ਨੂੰ ਨਹੀਂ ਹੈ। ਮਾਮਲਾ ਪੂਰਾ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ, ਕੀ ਨਾਮ ਤੁਹਾਡਾ? ਭਾਜੀ ਮੇਰਾ ਨਾਮ ਕੁਲਜੀਤ ਸਿੰਘ ਹੈ ਜੀ। ਜਿਹੜਾ ਇਹ ਮਾਮਲਾ ਭਾਜੀ, ਸਾਡੇ ਪਿੰਡ ਦੇ 5 ਨੌਜਵਾਨ ਹੈ, ਬਾਕੀ ਅਲੱਗ ਅਲੱਗ ਸ਼ਹਿਰਾਂ ਦੇ ਹੈ ਜੀ। ਇਹਨਾਂ ਨੂੰ ਮਤਲਬ ਏਜੰਟ ਨੇ, ਰਾਜਵਿੰਦਰ ਸਿੰਘ ਨੇ, ਦੁਬਈ ਦੱਸ ਕੇ ਜੀ ਅੱਗੇ ਬੱਦੂ ਨੂੰ ਲੀਬੀਆ ਵੇਚੇ ਹੋਏ ਨੇ ਜੀ। ਹਾਂਜੀ, ਮਤਲਬ ਉਹਨਾਂ ਨੂੰ ਬਹੁਤ ਵੱਡੀ ਕੰਪਨੀ ਦੇ ਕੇ ਧੋਖੇ ਨਾਲ ਉੱਥੇ ਲੀਬੀਆ ਪਸਾਰ ਤਾ ਵਾ ਜੀ। ਹੁਣ ਕੀ ਗੱਲਬਾਤ ਹੋਈ ਆ ਤੁਹਾਡੀ ਲਾਸਟ ਟਾਈਮ ਉਹਦੇ ਨਾਲ? ਲਾਸਟ ਗੱਲ ਇਹੀ ਹੋਈ ਹੈ ਜੀ, ਰਾਤ 12:30 ਵਜੇ ਦਾ ਟਾਈਮ ਸੀਗਾ, ਦਿਨੇਸ਼ ਚੱਡਾ ਜੀ ਵੀ ਸਾਡੇ ਨਾਲ ਜੁੜੇ ਹੋਏ ਸੀਗੇ ਜੀ। ਲਾਸਟ ਟਾਈਮ ਇਹਨਾਂ ਨਾਲ ਉਹੀ ਗੱਲ ਹੋਈ ਹੈ ਕਿ ਸਾਨੂੰ ਇੱਥੇ ਖਾਣ ਪੀਣ ਨੂੰ ਰੋਟੀ ਪਾਣੀ ਨੇ ਮਾਰਦੇ ਕੁੱਟਦੇ ਜੀ। ਉਸ ਤੋਂ ਬਾਅਦ ਜਦੇ ਲਾਸਟ ਮੈਸੇਜ ਆਇਆ ਕਿ ਸਾਨੂੰ ਆਰਮੀ ਵਾਲੇ ਹੁਣ ਕੁੱਟ ਕੇ ਗਏ ਆ ਜੀ, ਤੁਸੀਂ ਜਲਦੀ ਤੋਂ ਜਲਦੀ ਐਕਸ਼ਨ ਲਓ, ਨਹੀਂ ਅਸੀਂ ਫਾਹਾ ਲੈ ਕੇ ਮਰ ਜਾਣਾ ਇਹ ਜੀ, ਮਤਲਬ ਇੰਨਾ ਉਹ ਮਤਲਬ ਮਜਬੂਰ ਹੋ ਗਏ ਜੀ। ਮੰਗ ਕੀ ਕਰਦੇ ਹੋ? ਮੰਗ ਇਹੀ ਕਰਦੇ ਹਾਂ ਜੀ ਬਈ, ਆਪਣੇ ਪ੍ਰਸ਼ਾਸਨ ਤੋਂ, ਪਹਿਲਾਂ ਤਾਂ ਮੇਨ ਹਰਜੋਤ ਸਿੰਘ ਬੈਂਸ ਜੀ ਤੋਂ ਇਹੀ ਐਮਐਲਏ ਕਰਦੇ ਜੀ ਮੰਗ, ਵੀ ਸਾਡੀ ਆਵਾਜ਼ ਸੁਣੀ ਜਾਵੇ ਕਿ ਸਾਡੇ ਜਿਹੜੇ ਨੌਜਵਾਨ ਹੈ ਜਲਦੀ ਜਲਦੀ ਇੱਥੋਂ ਵਾਪਸ ਬੁਲਾਏ ਜਾਣ। ਤੁਹਾਡੀ ਗੱਲ ਹੋਈ ਹਰਜੋਤ ਬੈਂਸ ਜੀ ਉਹਨਾਂ ਨਾਲ? ਕਿਸੇ ਨਾਲ? ਹਰਜੋਤ ਬੈਂਸ ਜੀ ਉਹਨਾਂ ਨਾਲ ਮੈਂ 25 ਦਾ ਕੰਟੈਕਟ ਕਰ ਰਿਹਾ ਜੀ, ਉਹਨਾਂ ਦਾ ਫਾਦਰ ਸਾਹਿਬ ਨਾਲ, ਮਤਲਬ ਉਹਨੇ ਫੋਨ ਨਹੀਂ ਚੱਕਿਆ ਜੀ, ਬਕਾਇਦਾ ਉਹਨਾਂ ਨੂੰ ਸਾਰੇ ਪ੍ਰੂਫ ਭੇਜੇ, ਉਹਨਾਂ ਦੀ ਬੱਚਿਆਂ ਦੀ ਵੀਡੀਓ ਵੀ ਭੇਜੀ ਹੈ ਜੀ, ਵੀ ਉਹਨਾਂ ਨਾਲ ਆਹ ਕੁਛ ਹੋ ਰਿਹਾ, ਅਤੇ ਉਹਨੇ ਆਪਣੇ ਧਿਆਨ ਵਿੱਚ ਅਜੇ ਤੱਕ ਮੈਂ ਲੱਗਦਾ ਕਿ ਇਹ ਮਾਮਲਾ ਲਿਆਉਂਦਾ ਨਹੀਂ ਹੈ ਜੀ। ਤੁਸੀਂ ਫਿਰ ਹੋਰ ਕਿਹਦੇ ਨਾਲ ਗੱਲ ਕੀਤੀ ਹੈ? ਹੋਰ ਸਾਡੀ ਦਿਨੇਸ਼ ਚੱਡਾ ਜੀ ਨਾਲ ਗੱਲ ਹੋਈ ਹੈ ਜੀ, ਉਹ ਬਹੁਤ ਸੰਯੋਗ ਕਰਦੇ ਪਏ ਨੇ, ਉਹਨਾਂ ਦਾ ਸਵੇਰੇ ਵੀ ਮੈਨੂੰ ਫੋਨ ਆਇਆ ਕਿ ਮੈਂ ਆਪਣਾ ਬੈਸੀ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਜੀ, ਅਤੇ ਜਲਦੀ ਤੋਂ ਜਲਦੀ ਤੁਹਾਡੇ ਬੱਚੇ ਵੀ ਵਾਪਸ। ਇਸ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਲਾਲਪੁਰਾ ਜੀ, ਸਾਡੇ ਆਪਣੇ ਨਾਲ ਗੁਆਂਢੀ ਹਲਕੇ ਦੇ, ਉਹਨਾਂ ਨਾਲ ਵੀ ਗੱਲਬਾਤ ਹੋਈ ਹੈ? ਹਾਂਜੀ, ਉਹਨਾਂ ਨਾਲ ਗੱਲਬਾਤ ਹੋਈ ਹੈ, ਉਹ ਕਹਿੰਦੇ ਪੂਰਾ ਸਹਿਯੋਗ ਕਰਾਂਗੇ ਜੀ ਆਪਾਂ ਸੈਂਟਰ ਗੌਰਮੈਂਟ ਨਾਲ, ਅਤੇ ਉਹਨਾਂ ਨੂੰ ਐਪਲੀਕੇਸ਼ਨ ਲਿਖੀ ਹੋਈ ਹੈ, ਉਹ ਕਹਿੰਦੇ ਸਾਨੂੰ ਸੈਂਡ ਕਰ ਦਿਓ ਜੀ। ਪੁਲਿਸ ਪ੍ਰਸ਼ਾਸਨ ਨੇ ਤੁਸੀਂ ਪਹੁੰਚ ਕੀਤੀ ਹੈ? ਨਹੀਂ, ਅਸੀਂ ਪਹਿਲੇ ਦਿਨ ਜਦੋਂ ਇਹ ਸਾਨੂੰ ਉੱਥੋਂ ਵੋਇਸ ਮੈਸੇਜ ਆਇਆ ਕਿ ਇਹ ਸੀਗਾ ਵੀ ਸਾਨੂੰ ਇੱਥੇ ਮਾਰ ਦੇਣਾ ਜਾਂ ਕਿੱਦਾਂ ਜੀ, ਅਤੇ ਵੀ ਤੁਸੀਂ ਜਲਦੀ ਕਾਰਵਾਈ ਕਰੋ, ਏਜੰਟ ਨੂੰ ਚੁਕਵਾਓ, ਅਤੇ ਅਸੀਂ ਅਨੰਦਪੁਰ ਸਾਹਿਬ ਥਾਣੇ ਗਏ ਸੀਗੇ, ਅਤੇ ਉਹ ਮੁਨਸ਼ੀ ਸਾਹਿਬ ਬੈਠੇ ਸੀਗੇ, ਉਹ ਕਹਿੰਦੇ ਸਵੇਰੇ SHO ਆਇਓ, ਤੁਹਾਡੀ ਮਤਲਬ ਦਰਖਾਸਤ ਇੱਥੇ ਬਣਦੀ ਨਹੀਂ ਹੈ ਲਿਖਣੀ, ਤੁਸੀਂ ਦਿੱਲੀ ਜਾਓ। ਉਹਨੇ ਕੋਈ ਮਤਲਬ ਸੁਣਵਾਈ ਨਹੀਂ ਕੀਤੀ ਜੀ। ਇਹ ਭਾਜੀ ਕੁਛ ਆਪਣਾ 25 ਦਸੰਬਰ ਨੂੰ ਗਏ ਸੀਗੇ, ਕੋਈ 5 ਜਨਵਰੀ ਨੂੰ, ਕੋਈ 21 ਜਨਵਰੀ ਨੂੰ ਲਾਸਟ ਗਏ ਸੀਗੇ 5 ਮੁੰਡੇ ਜੀ। ਹਾਲਾਂਕਿ ਨਾ ਦੀ ਮਦਦ ਕਰਨ ਲਈ ਬੋਲੀਆ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਕਿਹਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਫੌਰੀ ਤੌਰ 'ਤੇ ਐਮਬੈਸੀ ਰਾਹੀਂ ਲੀਬੀਆ ਦੇ ਉਸ ਕੰਪਨੀ ਦੇ ਮਾਲਕ ਨਾਲ ਸੰਪਰਕ ਸਾਧਿਆ ਗਿਆ ਅਤੇ ਇਸ ਮਾਮਲੇ ਨੂੰ ਜਲਦ ਹੱਲ ਕੀਤਾ ਜਾਵੇਗਾ। ਸ਼੍ਰੀ ਅਨੰਦਪੁਰ ਸਾਹਿਬ ਤੋਂ 24 ਲਟਾਵਾ ਦੀ ਰਿਪੋਰਟ, ਸਕਰੋਲ ਪੰਜਾਬ।